ਵਲੌਗ ਨੰਬਰ 2 ਐਪੀਸੋਡ ਸ਼ੁਰੂ ਹੋ ਗਿਆ। ਮੰਮੀ ਅਤੇ ਪਾਪਾ ਹੋਣੀ ਚਲੇ ਗਏ ਮਕਲੋੜਗੰਜ ਦੀ ਮਾਰਕੀਟ 'ਚ ਟੈਕਸੀ ਕਰਕੇ ਸ਼ੋਪਿੰਗ ਕਰਨ, ਅਤੇ ਆਪਾਂ ਚੜ੍ਹੇ ਉੱਤੇ ਜਿਹੜੀ ਖੜੋਤਾ ਵੈਲੀ ਆ ਸੁਸਾਈਡ ਪੁਆਇੰਟ 'ਤੇ, ਉੱਥੇ ਇੱਕ ਮਾਡ ਹਾਊਸ ਕੈਫੇ ਆ ਉੱਧਰ ਮਾਈਲੋ। ਸਾਡੀ ਫੈਮਿਲੀ 'ਚ ਯੰਗਸਟ ਬੇਬੀ ਹੈਗਾ 4 ਸਾਲ ਦਾ, ਉਹਨੇ ਕੀਤਾ ਸੀ ਇਹ। ਤੂੰ ਤਾਂ ਉਸ ਤੋਂ ਵੀ ਛੋਟਾ 4 ਮਹੀਨਿਆਂ ਦਾ, ਤੂੰ ਅੱਜ ਚੜ੍ਹਨੀ ਹੈ ਪਹਾੜੀ ਗੁਰੂ। ਹੋਏ ਹੋਏ ਚੜ੍ਹ ਕੇ ਅਸੀਂ ਥੱਕੇ ਹਾਂ ਤੇ ਪਾਣੀ ਤੂੰ ਪੀਣ ਡਿਆ ਝਰਨੇ ਤੋਂ। ਚੱਲ 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 ਉੱਤੇ ਗੁਰੂ, ਦੇਖ ਤੂੰ ਕਿੱਥੇ ਆ ਗਿਆ। ਉੱਤੇ ਖੰਡਰ ਹੈ ਇੱਕ ਕਰਨਲ ਦਾ, ਇੱਥੇ ਕਰਨਲ ਰਹਿੰਦਾ ਇੱਕ, ਇਹਦੇ ਪਿੱਛੋਂ ਦੀ ਰਸਤਾ ਵੀ ਹੈਗਾ ਇੱਧਰ ਚੱਲ। ਰਸਤਾ ਬੰਦ ਕੀਤਾ ਕਿਸੇ ਨੇ, ਯਹਾਂ ਪੇ ਬਹੁਤ ਸਾਲ ਪਹਿਲੇ ਕੁਛ ਆਦਿ ਮਾਨਵ ਰਹਿਤੇ ਥੇ। ਰਸਤਾ ਬੰਦ ਹੈ, ਇਹ ਕਿਸੀ ਵੀ ਵਕਤ ਗਿਰ ਸਕਤਾ ਹੈ, ਕਿਆ ਹਮੇਂ ਇਸ ਨੀਚੇ ਨਿਕਲਣਾ ਚਾਹੀਏ। ਹਾਂ, ਇਸਕੇ ਬਾਹਰ ਨਿਕਲਤੇ ਹੀ ਇੱਕ ਬੜਾ ਸਾਰਾ ਬਾਗ ਹੈ, ਕਹੀਂ ਕੁੱਤਾ ਨਾ ਪੜ ਜਾਏ ਤੋ ਮੈਂ ਇਹ ਲਾਠੀ ਪਕੜ ਲਿੱਤਾ ਹੂੰ। ਹੈਂ, ਕੁੱਤਾ ਤਾਂ ਨਹੀਂ ਹੈਗਾ ਇੱਥੇ? ਭੇਡਾਂ ਹੀ ਆ। ਉਹ ਇੱਧਰੋਂ ਜਾਣਾ। ਕਿੱਧਰ? ਉਹ ਇੱਧਰ ਵੀ ਭੇਡਾਂ। ਇੱਥੋਂ ਜਾਣਾ ਭਾਵਾ। ਇੱਥੇ ਬੱਕਰੀਆਂ ਦਾ ਘਰ ਆ, ਬੜੀਆਂ ਸੋਹਣੀਆਂ ਸੋਹਣੀਆਂ ਬੱਕਰੀਆਂ। ਹਜੇ ਹੋਰ ਜਾਣਾ ਉੱਤੇ, ਉੱਤੇ ਮੌਸਮ ਬਹੁਤ ਵਧੀਆ, ਕਾਲੇ ਬੱਦਲ ਆ। ਤੁਹਾਨੂੰ ਯਾਦ ਹੈ ਕਰੀ ਕਰਨਲ ਦੀ ਇੰਟਰਵਿਊ ਲਈ ਸੀ ਇੱਥੇ, ਉਹਨੇ ਕਿਹਾ ਭਾਲੂ ਵੀ ਆਉਂਦੇ ਆ ਇੱਥੋਂ, ਸੜਕਾਂ ਦੇ ਕਾਰਾਂ ਦੀ ਆਵਾਜ਼ ਉੱਤੋਂ ਆਉਂਦੀ ਵੀ, ਰਸਤਾ ਲੱਭਣਾ ਪੈਣਾ ਆ। ਸਿੱਧੇ ਸਿੱਧੇ ਚੱਲੀ ਜਾਓ, ਅੱਗੇ ਜਾ ਕੇ ਢੂੰਡ ਲੈਣਾ ਕਹਾਂ ਪਿਆ ਰਸਤਾ, ਜਹਾਂ ਪੇ ਆਪਕੋ ਲੱਗੇ ਬਣਾ ਲੈਣਾ ਨਵਾਂ ਵਾਲਾ। ਯਹਾਂ ਪੇ ਉੱਪਰ ਖੁੱਲ੍ਹਾ ਮੈਦਾਨ ਹੈ ਔਰ ਮੰਦਿਰ ਵੀ ਹੈਗਾ। ਫਸ ਗਈ ਬੀਬੀ, ਆਖਰੀ ਰਸਤਾ ਇੱਥੋਂ ਚੜ੍ਹ ਜਾਓ, ਉਸ ਤੋਂ ਸੌਖਾ ਹੀ ਆ। ਮਾਈਲੋ ਚੜ੍ਹ ਗਿਆ, ਤੁਸੀਂ ਨਹੀਂ ਚੜ੍ਹ ਸਕਦੇ। ਮਾਈਲੋ, ਯੂ ਵਿਲ ਬੀ ਦਾ ਯੰਗਸਟ ਇਨ ਆ ਫੈਮਿਲੀ ਹੂ ਵਿਲ ਕਲਾਈਮ ਦਿਸ ਟਰੈਕ, ਖਨਿਆਰਾ ਟਰੈਕ, ਖੜੋਤਾ ਵੈਲੀ। ਮੈਂ ਤਾਂ ਪਹੁੰਚ ਗਿਆ, ਆ ਸਾਹਮਣੇ ਰੋਡ ਆ। ਮਾਈਲੋ ਚੜ੍ਹ ਗਿਆ ਉੱਪਰ ਟੋਪ 'ਤੇ, ਹਜੇ ਹੋਰ ਜਾਣਾ ਵਾ। ਸਭ ਤੋਂ ਯੰਗ ਫੈਮਿਲੀ ਮੈਂਬਰ ਸਾਡੀ ਟੀਮ ਦਾ, ਇਸ ਤੋਂ ਪਹਿਲਾਂ ਯੁਵਰਾਜ ਸੀ ਅਤੇ ਇਹਨੇ ਰਿਕਾਰਡ ਤੋੜਤਾ ਜੀ। ਕਿੱਦਾਂ ਫੀਲ ਕਰ ਰਹੇ ਹੋ ਯਾਰ? ਆਹ ਦੇਖੋ ਕਲਾਊਡਸ ਦੀ ਸ਼ੈਡੋ ਆ ਰਹੀ ਹੈ ਉਹਦੇ 'ਤੇ। ਕਿੱਡੀ ਜ਼ਬਰਦਸਤ ਹੈ ਨਾ, ਪੂਰੀ ਸ਼ੈਡੋ ਨਾਲ ਬਲੈਕ ਹੋ ਗਿਆ। ਲਓ ਜੀ, ਉੱਪਰ ਜਿੱਥੇ ਅਸੀਂ ਵੈਲੀ 'ਚ ਚੜ੍ਹ ਕੇ ਆਏ ਹਾਂ ਨਾ, ਉੱਥੇ ਆ ਮੈਗੀਆਂ ਬਣਵਾਈਆਂ, ਹੁਣ ਪੇਟ ਪੂਜਾ ਕਰਾਂਗੇ ਅਤੇ ਖਾ ਕੇ ਦੱਸੋ, ਦੱਸਿਓ ਖਾ ਕੇ ਬਹੁਤ ਕਰੋ। ਕਿੱਦਾਂ ਵਧੀਆ ਜਗ੍ਹਾ ਦੇਖੋ ਯਾਰ, ਗੱਡੀ ਜ਼ਬਰਦਸਤ ਹੈ। ਵਲੌਗ ਨੰਬਰ 2 ਕਰਦੇ ਇੱਥੇ ਐਂਡ, ਅਤੇ ਪਹਾੜ ਆ ਆਪਣਾ ਸ਼ਿਕਾਰੀ ਪਹਾੜ ਚੜ੍ਹ ਕੇ ਆਇਆ ਅਤੇ ਥੱਕਿਆ ਨਹੀਂ ਅਜੇ ਤੱਕ ਵੀ, ਅਤੇ ਇੱਥੇ ਐਂਡ ਕਰਦੇ, ਇਸ ਤੋਂ ਬਾਅਦ ਤੀਜੇ 'ਚ ਮਿਲਦੇ ਹਾਂ।